ਸੋ ਸੀਐਮ ਸਾਹਿਬ ਨੇ ਇਸ ਲਈ ਪੂਰੀ ਦੇ ਪੂਰੇ ਪੰਜਾਬ ਪੁਲਿਸ ਨੂੰ ਹਦਾਇਤ ਦਿੱਤੀ ਹੋਈ ਹੈ ਵੀ ਨਸ਼ੇ ਨੂੰ ਬੰਦ ਕਰੋ। ਇੰਟਰਨੈਸ਼ਨਲ ਨਰਸਿਸ ਡੇ 'ਤੇ ਸਾਰੀਆਂ ਮੇਰੀਆਂ ਭੈਣਾਂ ਨੂੰ, ਜਿਹੜਾ ਬਹੁਤ ਹੀ ਇੱਕ ਇਹੋ ਜਿਹਾ ਕੰਮ ਕਰ ਰਹੀ ਹਾਂ ਜਿਹੜੀ ਮਨੁੱਖਤਾ ਦੀ ਸੇਵਾ ਵਾਲਾ ਕੰਮ, ਹਰ ਤਰ੍ਹਾਂ ਦੇ ਪੇਸ਼ੈਂਟ ਨਾਲ ਡੀਲ ਕਰਨਾ, ਅਲੱਗ ਅਲੱਗ ਕੇਸਿਸ ਨਾਲ ਡੀਲ ਕਰਨਾ, ਸਾਰਾ ਦਿਨ ਸੇਵਾ ਕਰਨੀ, ਮੇਰੀ ਮੇਰੇ ਪੰਜਾਬ ਦੀਆਂ ਭੈਣਾਂ ਦੇ ਦੁਨੀਆ 'ਤੇ ਹਰ ਉਸ ਨਾਰੀ ਨੂੰ ਜਿਹੜੀ ਨਰਸ ਦਾ ਕੰਮ ਨਿਭਾ ਰਹੀ ਆ ਮੇਰਾ ਸਲੂਟ ਆ। ਜਿਹੜੇ ਮੁੰਡੇ ਵੀ ਨਰਸਿਸ ਦਾ ਕੰਮ ਕਰਦੇ ਪਏ ਆ, ਕਿਉਂਕਿ ਇਹ ਕੰਮ ਸੌਖਾ ਨਹੀਂ ਹੁੰਦਾ ਅਤੇ ਇਹ ਰੱਬ ਦਾ ਰੂਪ ਵਾਲਾ ਹੀ ਕੰਮ ਹੈ ਜੀ। ਜਿੱਦਾਂ ਮਾਂ ਆਪਣੇ ਬੱਚਿਆਂ ਨੂੰ ਸਾਂਭਦੀ ਹੈ, ਇਹ ਬਜ਼ੁਰਗਾਂ ਨੂੰ ਵੀ ਸਾਂਭਦੀਆਂ ਨੇ, ਬੱਚਿਆਂ ਨੂੰ ਵੀ ਸਾਂਭਦੀਆਂ ਨੇ, ਸਭ ਨੂੰ। ਅਤੇ ਮੈਂ ਇਹਨਾਂ ਭੈਣਾਂ ਨੂੰ ਨਮਸਕਾਰ ਕਰਦੀ ਹਾਂ ਜਿਹੜੀਆਂ ਇਹੋ ਜਿਹਾ ਨੋਬਲ ਕੰਮ ਕਰਦੀਆਂ ਪਈਆਂ ਨੇ। ਇਹਨਾਂ ਦਿਨ ਦੀ ਡਿਊਟੀ ਆ, ਰਾਤ ਦੀ ਡਿਊਟੀ ਆ, ਅਤੇ ਇਹੋ ਜਿਹੇ ਮਾਹੌਲ ਦੇ ਵਿੱਚ ਹਰ ਵੇਲੇ ਰਹਿਣਾ ਸੌਖਾ ਨਹੀਂ ਹੁੰਦਾ। ਇਹ ਦੁਨੀਆ ਦਾ ਸਭ ਤੋਂ ਨੋਬਲ ਅਤੇ ਔਖਾ ਕੰਮ ਹੈ, ਹਰ ਬੰਦੇ ਦੇ ਵੱਸ ਦਾ ਰੋਗ ਨਹੀਂ ਆ। ਨਰਸਿੰਗ ਨੂੰ ਕਰਨਾ ਪਹਿਲਾਂ ਅਤੇ ਫਿਰ ਇਸ ਤਰ੍ਹਾਂ ਦੀ ਡਿਊਟੀ ਕਰਨੀ, ਅਤੇ ਬੜੇ ਪੈਸ਼ਨ ਦੀ, ਬੜੇ ਸੇਵਾ ਭਾਵਨਾ ਦੀ ਲੋੜ ਹੁੰਦੀ ਹੈ। ਸੋ ਅਸੀਂ ਆਏ ਸੀ ਇੱਥੇ, ਸੋ SMO ਜੀ ਨਾਲ ਉਹਨਾਂ ਨੇ ਸਾਰਾ ਦਿਖਾਇਆ। ਅਤੇ ਮੈਂ ਇਹਦੇ ਨੂੰ ਜਿੱਦਾਂ ਕਮਿਊਨਿਟੀ ਸੈਂਟਰ ਦੀ ਮਾਨਤਾ, ਪਰ ਇੱਥੇ ਜਿਹੜੇ ਕੰਮ ਹੋ ਰਹੇ ਨੇ ਉਹ ਹਸਪਤਾਲ ਵਾਲੇ ਹੁੰਦੇ ਪਏ ਆ। ਬਿਲਡਿੰਗ ਦੀ ਸਿਚੁਏਸ਼ਨ ਠੀਕ ਨਹੀਂ ਹੈਗੀ ਅਤੇ ਬਹੁਤ ਸਮੱਸਿਆਵਾਂ ਹੀ ਸਮੱਸਿਆਵਾਂ ਨੇ ਇਸ ਕਮਿਊਨਿਟੀ ਸੈਂਟਰ ਦੇ ਵਿੱਚ, ਜਿਹਨੂੰ ਅਸੀਂ ਹੁਣ ਹੋਸਪਿਟਲ ਦੇ ਵਿੱਚ ਕਨਵਰਟ ਕਰਾਂਗੇ। ਜਿਹੜੀ ਨਾਲ ਜ਼ਮੀਨ ਪਈ ਆ ਇਹਦੇ 'ਤੇ ਵੀ ਜਿੰਨੇ ਕਮਰੇ ਘੱਟ ਆ ਜਾਂ ਬਾਥਰੂਮ ਦੀ ਪ੍ਰੋਬਲਮ ਆ, ਜਿੰਨੀ ਵੀ ਇਸ ਸੈਂਟਰ ਨੂੰ ਪ੍ਰੋਬਲਮ ਆ ਰਹੀ ਆ ਉਸ ਚੀਜ਼ ਨੂੰ ਦੂਰ ਕਰਾਂਗੇ। ਸਾਰਾ ਸਹੂਲਤਾਵਾਂ ਦਿੱਤੀਆਂ ਜਾਣਗੀਆਂ, ਰਿਪੇਅਰਿੰਗ ਕਰਦੇ ਹਾਂ ਕਿਉਂਕਿ ਬਿਲਡਿੰਗ ਦੀ ਹਾਲਤ ਠੀਕ ਨਹੀਂ ਆ। ਕਿਸੇ ਵੀ ਟਾਈਮ ਕੋਈ ਦੁਰਘਟਨਾ ਵਾਪਰੇ ਅਤੇ ਹਲਕਾ ਵਾਸੀਆਂ ਦੀ ਵੀ, ਕੁਰਾਲੀ ਵਾਸੀਆਂ ਦੀ ਵੀ ਇਹ ਡਿਮਾਂਡ ਆ ਵੀ ਇਹਨੂੰ ਇੱਕ ਤਾਂ ਹਸਪਤਾਲ ਬਣਾਇਆ ਜਾਵੇ, ਕਿਉਂਕਿ ਇੱਥੇ ਆਪਰੇਸ਼ਨ ਵਾਲੇ ਪੇਸ਼ੈਂਟ ਵੀ ਆਉਂਦੇ ਆ ਅਤੇ ਕਮਿਊਨਿਟੀ ਸੈਂਟਰਸ ਦੇ ਵਿੱਚ ਆਪਰੇਸ਼ਨ ਨਹੀਂ ਹੁੰਦਾ ਜੀ। ਅਤੇ ਇਹ ਮੇਰੀ ਜ਼ਿੰਮੇਵਾਰੀ ਬਣਦੀ ਆ, ਹੁਣ ਸਰਕਾਰ ਦੀ ਜ਼ਿੰਮੇਵਾਰੀ ਆ। ਲੋਕਾਂ ਨੇ ਵੋਟਾਂ ਪਾ ਕੇ ਜਿਹੜਾ ਆਪਣਾ ਫਰਜ਼ ਸੀ ਉਹ ਨਿਭਾਤਾ, ਹੁਣ ਜ਼ਿੰਮੇਵਾਰੀ ਸਾਡੀ ਆ ਵੀ ਉਹਨਾਂ ਦੀਆਂ ਹਰ ਜ਼ਰੂਰਤ ਨੂੰ ਪੂਰਾ ਕੀਤਾ ਜਾਵੇ। ਅਤੇ ਮੈਂ ਵਿਸ਼ਵਾਸ ਦਿਵਾਉਂਦੀ ਹਾਂ ਪੂਰੇ ਹਲਕਾ ਵਾਸੀਆਂ ਨੂੰ ਕਿ ਹਰ ਉਹ ਡਿਮਾਂਡ ਜਿਹੜੀ ਉਹ ਸੋਚੀ ਬੈਠੇ ਆ ਹੋਣੀ ਆ, ਥੋੜ੍ਹਾ ਜਿਹਾ ਟਾਈਮ ਦਿਓ, ਹਰ ਇੱਕ ਸਮੱਸਿਆ ਦਾ ਹੱਲ ਕੱਢਾਂਗੇ। ਜਿਹਦੀ ਅੱਜ ਕੱਢ ਸਕਦੇ ਹੋ ਅੱਜ ਕੱਢ ਰਹੇ ਹਾਂ, ਹਰ ਚੀਜ਼ 'ਤੇ ਲੱਗੇ ਹੋਏ ਹਾਂ, ਪਾਣੀ ਲਈ ਲੱਗੀ ਹੋਈ ਹਾਂ, ਜਿਹੜਾ ਕੂੜਾ ਕਰਕਟ ਉਹਦੇ 'ਤੇ ਲੱਗੀ ਹੋਈ ਹਾਂ। ਪਰ ਸ਼ਹਿਰ ਵੱਡਾ, ਹਲਕਾ ਵੱਡਾ, ਬਹੁਤ ਕੁਛ ਹੈ, ਹੌਲੀ 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 ਕਰਕੇ ਸਾਰੇ ਕਿਤੇ ਨਿਬੜੂਗਾ ਉਹਦੇ ਲਈ। ਹਾਂਜੀ, ਡਰੱਗਸ ਦੇ ਮਾਮਲੇ ਨੂੰ ਲੈ ਕੇ ਅਸੀਂ ਅੱਗੇ ਹਲਕਾ ਖਰੜ ਦੀ ਗੱਲ ਕਰ ਲਈਏ ਕਿ ਅੱਜ ਵੈਸੇ ਤਾਂ CM ਸਾਹਿਬ ਨੇ ਵੀ ਕੁਛ ਹਦਾਇਤਾਂ ਜਾਰੀ ਕੀਤੀਆਂ ਨੇ, ਆਪ ਕਿਵੇਂ ਦੇਖਦੇ ਹੋ ਕਿ ਹਲਕਾ ਖਰੜ ਦੇ ਵਿੱਚ ਜਿਹੜਾ ਕਿ ਚਿੱਟੇ ਦਾ ਜਿਹੜਾ ਕਾਰੋਬਾਰ ਹੈ ਉਸ 'ਤੇ ਕਿਵੇਂ ਠੱਲ ਪਾਈ ਜਾਵੇਗੀ? ਦੇਖੋ, ਮੈਂ ਹਲਕਾ ਖਰੜ ਦੀ ਸਾਰੀ ਪੁਲਿਸ ਨੂੰ ਇਹ ਸਖਤ ਹਦਾਇਤ ਦਿੱਤੀ ਆ। ਕੱਲ੍ਹ ਮੇਰੇ ਖਿਆਲ ਦੇ ਵਿੱਚ ਕਿਸੇ ਜਗ੍ਹਾ ਉੱਤੇ ਸਪਲਾਈ ਹੁੰਦੀ ਹੋਣੀ, ਟੀਮ ਨੂੰ ਮੈਂ ਆਪਣੀ ਨੂੰ ਭੇਜਿਆ, ਅਤੇ ਸਖਤ ਹਦਾਇਤ ਦਿੱਤੀ ਹੋਈ ਹੈ ਵੀ ਜਿੱਥੇ ਵੀ ਬੰਦਾ ਜਿਹੜਾ ਨਸ਼ਾ ਕਰ ਰਿਹਾ ਉਹਨੂੰ ਨਹੀਂ ਫੜਨਾ, ਜਿਹੜਾ ਨਸ਼ਾ ਵੇਚ ਰਿਹਾ ਮੇਨ ਸਪਲਾਈ ਕਰਨ ਵਾਲਾ ਚੇਨ ਬਣਾ ਕੇ ਉਹਨਾਂ ਨੂੰ ਪੁੱਛ ਕੇ ਉਹਨੂੰ ਫੜੋ। ਸੋ CM ਸਾਹਿਬ ਨੇ ਇਸ ਲਈ ਪੂਰੀ ਦੇ ਪੂਰੇ ਪੰਜਾਬ ਪੁਲਿਸ ਨੂੰ ਹਦਾਇਤ ਦਿੱਤੀ ਹੋਈ ਹੈ ਵੀ ਨਸ਼ੇ ਨੂੰ ਬੰਦ ਕਰੋ, ਚਿੱਟਾ ਵੇਚਣ ਵਾਲਿਆਂ ਨੂੰ ਫੜਿਆ ਜਾਵੇ। ਅਤੇ ਮੈਂ ਅੱਜ ਵੀ ਕਹਿ ਰਹੀ ਹਾਂ ਵੀ ਅਸੀਂ ਇਹ ਚੀਜ਼ ਦੇਖ ਰਹੇ ਹਾਂ, ਅਸੀਂ ਟਾਈਮ ਦੇ ਰਹੇ ਹਾਂ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਨਿਬੇੜਿਆ ਜਾਵੇ। ਇੱਥੇ ਪਿੰਡਾਂ ਦੇ ਵਿੱਚ ਸ਼ਰੇਆਮ ਜਿਹੜਾ ਪਿਛਲੀਆਂ ਸਰਕਾਰਾਂ ਨੇ ਰਿਵਾਜ਼ ਤੋੜਿਆ ਹੋਇਆ ਚੇਨ ਬਣਾਈ ਹੋਈ ਆ, ਅਸੀਂ ਉਸ ਨੂੰ ਤੋੜਨ ਲਈ ਪੂਰੇ ਤਰ੍ਹਾਂ ਲੱਗੇ ਹੋਏ ਹਾਂ। ਅਤੇ ਬਹੁਤ ਜਲਦੀ ਆ ਜਿਹੜਾ ਇਹ ਚਿੱਟਾ ਵੇਚਣ ਵਾਲਿਆਂ ਨੂੰ ਅੰਦਰ ਕਰਕੇ ਇਹ ਨਸ਼ੇ ਨਾਮ ਦੇ ਕੋਡ ਉੱਤੇ ਜਿਹੜੀ ਨਕੇਲ ਪਾਈ ਜਾਊਗੀ, ਅਤੇ ਉਸਦੇ ਲਈ ਅਸੀਂ ਜਿਹੜੇ ਨਸ਼ਾ ਛਡਾਊ ਕੇਂਦਰ ਨੇ ਜਿੱਥੇ ਉਹਨਾਂ ਨੂੰ ਰੀਹੈਬਿਲੀਟੇਸ਼ਨ ਹੈ ਉਹ ਵੀ ਖੋਲ੍ਹਣੇ ਜ਼ਰੂਰੀ ਨੇ, ਕਿਉਂਕਿ ਬੱਚਿਆਂ ਨੂੰ ਉਹ ਤੋਂ ਬਾਅਦ ਜ਼ਰੂਰਤ ਪੈਂਦੀ ਹੈ। ਅਤੇ ਭਟਕੇ ਹੋਏ ਚੰਗੇ ਹੀਰੇ ਵਰਗੇ ਸਾਡੇ ਮੁੰਡੇ ਗਲਤ ਰਾਹ 'ਤੇ ਨੌਜਵਾਨ ਪਾਏ ਹੋਏ ਨੇ, ਉਸ ਚੀਜ਼ ਦੇ ਲਈ ਸਰਕਾਰ ਹੈ ਜਿਹੜੀ ਆਪਣੀ ਜ਼ਿੰਮੇਵਾਰੀ ਸਮਝਦੀ ਹੈ ਉਸ ਚੀਜ਼ ਲਈ। ਸਾਨੂੰ ਪਤਾ ਵੀ ਪੰਜਾਬ ਦੀਆਂ ਮਾਵਾਂ ਨੂੰ ਅੱਜ ਦੇ ਟਾਈਮ ਆਪਣੇ ਪੁੱਤ ਚਿੱਟੇ 'ਤੇ ਲੱਗੇ ਉਹ ਦੁਹਾਈ ਪਾਉਂਦੀਆਂ ਨੇ ਵੀ ਇਹਨੂੰ ਬੰਦ ਕੀਤਾ ਜਾਵੇ। ਅਤੇ ਮੈਂ ਵਿਸ਼ਵਾਸ ਦਿਵਾਉਂਦੀ ਹਾਂ ਵੀ ਅਸੀਂ ਇਹ 'ਤੇ ਲੱਗੇ ਹੋਏ ਹਾਂ, ਅਸੀਂ ਪੂਰੇ ਤਰੀਕੇ ਨਾਲ ਇਸ ਚੀਜ਼ ਲਈ ਜ਼ਿੰਮੇਵਾਰੀ ਆਪਣੇ ਖੁਦ ਹੀ ਲੈਂਦੇ ਹਾਂ। ਅਤੇ ਬਹੁਤ ਜਲਦੀ ਜਿਹੜੇ ਨਤੀਜੇ ਨੇ ਉਹ ਲੋਕਾਂ ਦੇ ਸਾਹਮਣੇ ਹੋਣਗੇ ਜਦੋਂ ਚਿੱਟਾ ਵੇਚਣ ਵਾਲਿਆਂ ਨੂੰ ਫੜਿਆ ਜਾਊਗਾ। ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਚੀਜ਼ ਦੇ ਲਈ ਮੈਂ ਕਹਿੰਦੀ ਹਾਂ ਵੀ ਉਹ ਆਪਣੀ ਗਤੀਵਿਧੀ ਤੇਜ਼ ਕਰ ਦੇਣ, ਨਹੀਂ ਤਾਂ ਸਖ਼ਤ ਐਕਸ਼ਨ ਕੀਤੇ ਜਾਣਗੇ।